ਪੰਜਵੀਂ ਛੇਵੀਂ ਛੇਵੀਂ ਦੇ ਬੱਚਿਆਂ ਦੇ ਅਫੇਅਰ ਸਟਾਰਟ ਹੋ ਰਹੇ ਆ। 14 ਸਾਲ ਦਾ ਬੱਚਾ ਆ ਕੇ ਇੱਥੇ ਕਹਿ ਰਿਹਾ ਆਮ ਨੋਟ ਵਰਜਨ। 14 ਸਾਲ ਦੀ ਉਮਰ 'ਚ ਹੁੱਕਾ ਬਾਹਰ ਬੈਠਾ, ਹੁੱਕਾ ਲੈ ਰਿਹਾ, ਦਾਰੂ ਪੀ ਰਿਹਾ, ਡਰੱਗਸ ਕਰ ਰਿਹਾ, ਕੁੜੀਆਂ ਨਾਲ ਘੁੰਮ ਰਿਹਾ। ਕੀ ਉਹਦੇ ਪੇਰੈਂਟਸ ਨੂੰ ਨਹੀਂ ਪਤਾ? ਹਾਈਲੀ ਰਿਪਿਊਟਿਡ ਟੌਪ 5 ਸਕੂਲਸ 'ਚੋਂ ਇੱਕ ਲੁਧਿਆਣੇ ਦੇ ਗੱਲ ਕਰੀ, ਉਹਨਾਂ ਦੀ ਮੈਨੂੰ ਕਾਲ ਆਈ ਕਿ ਹਮਨੇ 6 to 8 ਕੇ ਬੱਚੋਂ ਕਾ ਸੈਸ਼ਨ ਕਰਵਾਨਾ, ਹਮਾਰੇ ਬੱਚੇ ਇੱਕ ਦੂਸਰੇ ਕੇ ਸਾਥ ਨਿਊਡਸ ਸ਼ੇਅਰ ਕਰ ਰਹੇ। ਤੁਸੀਂ ਉਹਨੂੰ ਸਹੀ ਕਹੋ, ਤੁਸੀਂ ਉਹਨੂੰ ਗਲਤ ਕਹੋ, ਤੁਸੀਂ ਕਹੋ ਸੋਸ਼ਲ ਐਥਿਕਸ 'ਤੇ ਉਹ ਗਲਤ ਹੈ, ਬਿਲਕੁਲ ਗਲਤ ਹੈ, ਬਟ ਤੁਹਾਨੂੰ ਭੁੱਖ ਲੱਗੀ ਹੈ ਨਾ, ਯੂ ਵਿਲ ਫਾਈਂਡ ਸਮਥਿੰਗ ਫੋਰ ਯੂ। ਤੁਹਾਨੂੰ ਉਹਦੇ ਲਈ 2 ਕਿਲੋਮੀਟਰ ਪੈਦਾ ਚੱਲਣਾ ਪਏ ਜਾਂ 5 ਕਿਲੋਮੀਟਰ ਪੈਦਾ, ਭੁੱਖ ਲੱਗੀ ਹੈ ਤਾਂ ਤੁਸੀਂ ਉਸ ਭੁੱਖ ਨੂੰ ਲੱਭਣ ਲਈ ਤਾਂ ਜਾਓਗੇ। 6 ਦਾ ਬੱਚਾ ਕਿੰਨਾ ਛੋਟਾ ਲੱਗਦਾ ਸਾਨੂੰ, ਬਟ ਦੇ ਆਰ ਇੰਡਲਜਡ ਇਨ ਆਲ ਦੀਜ਼ ਥਿੰਗਸ। ਰੀਜ਼ਨ ਬਿਕਾਜ਼ ਪਿਆਰ ਦੀ ਗੱਲ ਕਰਦੇ ਹਾਂ, ਲਵ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਉਹ ਚੀਜ਼ ਜਿਹੜੀ ਬੱਚੇ ਸਿਰਫ ਮੂਵੀਜ਼ 'ਚ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਹੁੰਦਾ ਕੀ ਆ, ਆਈ ਡੋਂਟ ਨੋ ਉਹ ਸਹੀ ਰੀਅਲ ਹੈ ਵੀ ਹੈ ਕਿ ਨਹੀਂ ਹੈ, ਬਟ ਦੇਖਦੇ ਆ ਕਿ ਠੀਕ ਹੈ ਜੀ, ਲੜਕਾ ਲੜਕੀ ਇਕੱਠੇ ਘੁੰਮਣ ਜਾ ਰਹੇ ਨੇਗੇ, ਇੱਕ ਦੂਜੇ ਨੂੰ ਜਿਹੜਾ ਉਹ ਇਕੱਠੇ ਮੂਵੀ ਦੇਖਣ ਜਾਂਦੇ ਨੇ, ਉਹ ਇੱਕ ਗਾਣਾ ਆ ਜਾਂਦਾ, ਐਂਡ ਸ਼ਾਇਦ ਬੱਚੇ ਇਹੀ ਫੀਲ ਕਰਦੇ ਆ ਕਿ ਸ਼ਾਇਦ ਪਿਆਰ ਇਹੀ ਹੁੰਦਾ। ਅਸਲੀ ਡੈਫੀਨੇਸ਼ਨ ਕੀ ਹੈ ਪਿਆਰ ਦੀ? ਦ ਡੈਫੀਨੇਸ਼ਨ ਆਈ ਲਿਵ, ਕੀ ਪਿਆਰ ਦੀ ਡੈਫੀਨੇਸ਼ਨ ਜੋ ਮੈਂ ਆਪਣੀ ਪਰਸਨਲ ਲਾਈਫ 'ਚ ਲਿਵ ਕਰਦੀ ਹਾਂ, ਉਹ ਆਪਣੇ ਆਲੇ ਦੁਆਲੇ ਆਪਣੇ ਹਰ ਰਿਸ਼ਤੇ ਨੂੰ ਇਹ 5 ਇਮੋਸ਼ਨਸ ਪ੍ਰੋਵਾਈਡ ਕਰਨ ਦੀ ਹੈ ਕਿ ਮੈਂ ਆਪਣੇ ਪਾਰਟਨਰ ਨੂੰ ਕਿੰਨੀ ਐਕਸੈਪਟੈਂਸ ਦੀ ਫੀਲਿੰਗ ਦੇ ਸਕਦੀ ਹਾਂ ਕਿ ਤੈਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਹੈ, ਯੂ ਆਰ ਐਕਸੈਪਟਡ, ਠੀਕ ਹੈ। ਕਿੰਨੀ ਐਪਰੀਸੀਏਸ਼ਨ, ਕਿੰਨਾ ਮੇਰਾ ਫੋਕਸ ਉਹਦੀ ਸਟਰੈਂਥ 'ਤੇ ਰਹਿ ਸਕਦਾ, ਕਿੰਨਾ ਮੈਂ ਉਹਨੂੰ ਐਪਰੀਸ਼ੀਏਟ ਕਰ ਸਕਦੀ ਹਾਂ। ਜਦੋਂ ਉਹ ਆ ਰਿਹਾ ਤਾਂ ਮੈਂ ਕਿੰਨੀ ਅਵੇਲੇਬਲ ਹਾਂ ਟੂ ਲਿਸਨ, ਰਾਈਟ, ਔਰ ਰਿਸਪੈਕਟ। ਸੋ ਮੇਰੇ ਲਈ ਇਹ 5 ਇਮੋਸ਼ਨ ਲਾਈਕ ਰਿਸਪੈਕਟ, ਟਰੱਸਟ, ਐਪਰੀਸੀਏਸ਼ਨ, ਐਕਸੈਪਟੈਂਸ ਮੇਰੇ ਲਈ ਹੈ, ਇਹ ਲਵ ਦੀ ਡੈਫੀਨੇਸ਼ਨਸ ਹੈਗੀਆਂ। ਐਂਡ ਮੈਂ ਜਦੋਂ ਇਹਨਾਂ ਇਮੋਸ਼ਨਸ ਨੂੰ ਦੇਣਾ ਸ਼ੁਰੂ ਕੀਤਾ, ਨੋਟ ਇਨ ਮਾਈ ਮੈਰਿਜ ਓਨਲੀ, ਅੱਜ ਤੁਸੀਂ ਜਿੰਨੀ ਚੈਲੇਂਜਿਸ ਮੈਰਿਜਿਸ ਦੀ ਗੱਲ ਕਰੋ, ਇਸ ਤੋਂ ਵੱਡੇ ਚੈਲੇਂਜਿਸ ਪੇਰੈਂਟਿੰਗ 'ਚ ਹੈ। ਤੁਸੀਂ ਪੁੱਛਿਆ ਹੁਣੇ ਕਿਹਾ ਨਾ ਬੱਚੇ ਟੀ ਵੀ 'ਤੇ ਜਾਂ ਉਹਦੇ 'ਚ ਫੋਨ 'ਤੇ ਇਹੀ ਸਭ ਦੇਖ ਰਹੇ ਆ। ਦ ਫਸਟ ਕੁਐਸਚਨ ਇਜ਼ ਕਿ ਮਤਲਬ ਜਿਹੜੀ ਏਜ ਵਿੱਚ ਸਾਡੇ ਬੱਚੇ ਸਭ ਕੁਛ ਸ਼ੁਰੂ ਕਰ ਰਹੇ ਹੈ, ਕੀ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਪਤਾ ਵਟ ਦੇ ਆਰ ਡੂਇੰਗ? ਜੋ 14 ਸਾਲ ਦਾ ਬੱਚਾ ਆ ਕੇ ਇੱਥੇ ਕਹਿ ਰਿਹਾ ਆਮ ਨੋਟ ਵਰਜਨ, ਉਹਦੀ ਲਾਈਫ 'ਚ ਕੀ ਹੋ ਰਿਹਾ? ਉਹ 14 ਸਾਲ ਦੀ ਉਮਰ 'ਚ ਹੁੱਕਾ ਬਾਹਰ ਬੈਠਾ, ਹੁੱਕਾ ਲੈ ਰਿਹਾ, ਦਾਰੂ ਪੀ ਰਿਹਾ, ਡਰੱਗਸ ਕਰ ਰਿਹਾ, ਕੁੜੀਆਂ ਨਾਲ ਘੁੰਮ ਰਿਹਾ, ਕੀ ਉਹਦੇ ਪੇਰੈਂਟਸ ਨੂੰ ਨਹੀਂ ਪਤਾ? ਅਗੇਨ ਘੁੰਮ ਫਿਰ ਕੇ ਫਿਰ ਚੀਜ਼ ਉੱਥੇ ਹੀ ਆਏਗੀ ਕਿ ਜਿਹੜੀ ਚੀਜ਼ ਇਹ 5 ਇਮੋਸ਼ਨਸ ਨਾ ਤੁਹਾਨੂੰ ਐਜ਼ ਹਿਊਮਨ ਬੀਂਗ ਚਾਹੀਦੇ ਆ, ਹਰ ਰਿਸ਼ਤੇ 'ਚ ਚਾਹੀਦੇ ਆ। ਜੋ ਘਰ 'ਚੋਂ ਨਹੀਂ ਨਿਕਲੇਗਾ ਉਹ ਜਿੱਥੋਂ ਮਿਲੇਗਾ ਉੱਥੇ ਅਸੀਂ ਲੈਣ ਚਲੇ ਜਾਵਾਂਗੇ, ਸਬਕੌਂਸ਼ੀਅਸਲੀ ਚਲੇ ਜਾਵਾਂਗੇ। ਤੁਸੀਂ ਉਹਨੂੰ ਸਹੀ ਕਹੋ, ਤੁਸੀਂ ਉਹਨੂੰ ਗਲਤ ਕਹੋ, ਤੁਸੀਂ ਕਹੋ ਸੋਸ਼ਲ ਐਥਿਕਸ 'ਤੇ ਉਹ ਗਲਤ ਹੈ, ਬਿਲਕੁਲ ਗਲਤ ਹੈ, ਬਟ ਤੁਹਾਨੂੰ ਭੁੱਖ ਲੱਗੀ ਹੈ ਨਾ, ਯੂ ਵਿਲ ਫਾਈਂਡ ਸਮਥਿੰਗ ਫੋਰ ਯੂ। ਤੁਹਾਨੂੰ ਉਹਦੇ ਲਈ 2 ਕਿਲੋਮੀਟਰ ਪੈਦਾ ਚੱਲਣਾ ਪਏ ਜਾਂ 5 ਕਿਲੋਮੀਟਰ ਪੈਦਾ, ਭੁੱਖ ਲੱਗੀ ਹੈ ਤਾਂ ਤੁਸੀਂ ਉਸ ਭੁੱਖ ਨੂੰ ਲੱਭਣ ਲਈ ਤਾਂ ਜਾਓਗੇ। ਸੋ ਇਹ ਇਮੋਸ਼ਨਲ ਨੀਡਸ ਹੈ, ਠੀਕ ਹੈ, ਅਤੇ ਉਹ ਹਰ ਇੱਕ ਏਜ ਗਰੁੱਪ ਨੂੰ ਚਾਹੀਦੀਆਂ। ਤਾਂ ਜਦੋਂ ਮੈਂ ਬੱਚਿਆਂ ਦੀ ਵੀ ਦੇਖਦੀ ਹਾਂ, ਅੱਜ ਇੰਨੇ ਛੋਟੇ ਛੋਟੇ ਬੱਚੇ ਸਾਡੇ ਰਿਲੇਸ਼ਨਸ਼ਿਪਸ 'ਚ ਇਨਵੋਲਵਡ ਹੈ, 5ਵੀਂ 6ਵੀਂ 6ਵੀਂ ਦੇ ਬੱਚਿਆਂ ਦੇ ਅਫੇਅਰ ਸਟਾਰਟ ਹੋ ਰਹੇ ਹੈ,
ਅਗੇਨ ਫਿਜ਼ੀਕਲ ਹੋ ਰਹੇ ਹੈ ਰਿਲੇਸ਼ਨਸ਼ਿਪਸ 'ਚ। ਮੈਂ ਪਿੱਛੇ ਬਹੁਤ ਹਾਈਲੀ ਰਿਪਿਊਟਿਡ ਟੌਪ 5 ਸਕੂਲਸ 'ਚੋਂ ਇੱਕ ਲੁਧਿਆਣੇ ਦੇ ਗੱਲ ਕਰੀ, ਉਹਨਾਂ ਦੀ ਮੈਨੂੰ ਕਾਲ ਆਈ ਕਿ ਹਮਨੇ 6 to 8 ਕੇ ਬੱਚੋਂ ਕਾ ਸੈਸ਼ਨ ਕਰਵਾਉਣਾ ਹੈ, ਹਮਾਰੇ ਬੱਚੇ ਇੱਕ ਦੂਸਰੇ ਕੇ ਸਾਥ ਨਿਊਡਸ ਸ਼ੇਅਰ ਕਰ ਰਹੇ ਹੈ ਔਰ ਵਾਸ਼ਰੂਮ ਮੇਂ ਔਰ ਵਹਾਂ ਪੇ ਗੰਦੀ ਗੰਦੀ ਚੀਜ਼ਾਂ ਲਿਖ ਰਹੇ ਹੈ। ਐਂਡ ਤੁਸੀਂ ਦੇਖੋ 6 to 8, 6 ਦਾ ਬੱਚਾ ਕਿੰਨਾ ਛੋਟਾ ਲੱਗਦਾ ਸਾਨੂੰ, ਬਟ ਦੇ ਆਰ ਇੰਡਰਜਡ ਇਨ ਆਲ ਦੀਜ਼ ਥਿੰਗਸ। ਰੀਜ਼ਨ ਬਿਕਾਜ਼ ਅਗੇਨ ਘਰਾਂ ਦਾ ਇਨਵਾਇਰਮੈਂਟ ਇਟਸ ਨੋਟ ਹੈਲਦੀ, ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ ਸੁਣ ਨਹੀਂ ਰਹੇ, ਅਗੇਨ ਇਹ 5 ਇਮੋਸ਼ਨਸ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋ ਰਹੇ, ਉਹਨਾਂ ਨੂੰ ਜਿੱਥੋਂ ਮਿਲ ਰਿਹਾ ਉੱਥੇ ਜਾ ਰਹੇ ਹੈ।